ਕਰੇਲੇ ਵਾਲਾ ਕੰਮ ਕਰੀਦਾ, ਕੌੜੇ ਜ਼ਰੂਰ ਹਾਂ ਪਰ ਫਾਇਦਾ ਦੇ ਕੇ ਜਾਵਾਂਗੇ। ਸੋ ਇਹ ਅਦਬੀ ਦਰਬਾਰ ਹੈ, ਤੁਹਾਨੂੰ ਅਦਬ ਦੇ ਨਾਲ ਹੀ ਤਾਲੀਆਂ ਵਜਾ ਕੇ ਬਸ ਸਰਕਾਰਾਂ ਦਾ ਹਰ ਸਾਹ 'ਤੇ ਸ਼ੁਕਰ ਅਦਾ ਕਰਨਾ ਚਾਹੀਦਾ। ਸੋ ਜਿੰਨੇ ਬਜ਼ੁਰਗ ਆਏ ਨੇ ਦਰਬਾਰਾਂ ਤੋਂ, ਇੱਕ ਵਾਰੀ ਉਹਨਾਂ ਲਈ ਵੀ ਤਾਲੀਆਂ ਵਜਾ ਕੇ ਉਹਨਾਂ ਨੂੰ ਜੀ ਆਇਆਂ ਕਹਿ ਦਿਓ। ਜਿੰਨੇ ਪੀਰ ਫਕੀਰ ਹੈ ਸਾਰੀ ਪੀਰਾ ਫੂਰੀ ਸਾਡੀ ਸੱਜ ਗਈ ਹੈ, ਖੁੱਲ੍ਹ ਕੇ ਤਾਲੀਆਂ ਵਜਾਇਆ ਕਰੋ ਭਾਗਾਂ ਵਾਲਿਓ। ਸੋ ਚਾਚਾ ਬਿਸ਼ਨਾ ਜੀ ਉਹਨਾਂ ਦਾ ਸਾਰਾ ਪਰਿਵਾਰ ਉਸੇ ਹੀ ਸਮੇਂ ਦੀ ਪਾਲਣਾ ਕਰਦੇ ਹੋਏ ਔਰ ਮੇਲੇ ਦੀ ਮੈਂ ਫਿਰ ਤੋਂ ਗੁਜ਼ਾਰਿਸ਼ ਕਰਾਂ, ਸਟੇਜ ਦੇ ਕੋਲ ਜ਼ਿਆਦਾ ਸੇਵਾਦਾਰ ਨਾ ਰਹਿਣ, ਇਹ ਸਾਈਂ ਜੀ ਦਾ ਪਹਿਲੇ ਦਿਨ ਤੋਂ ਹੁਕਮ ਹੈ। ਨਾ ਹੀ ਦਰਬਾਰ ਦੀ ਐਂਟਰੈਂਸ 'ਤੇ ਕੋਈ ਖੜਾ ਹੋਵੇ, ਮੰਚ 'ਤੇ ਵੀ ਸਿਰਫ ਉਹੀ ਸਾਜ਼ਿੰਦੇ ਆਣ ਜਿਨ੍ਹਾਂ ਨੂੰ ਮੰਚ 'ਤੇ ਸੱਦਾ ਦਿੱਤਾ ਜਾਂਦਾ। ਸੋ ਬਸ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਜਿੰਨੀ ਸੰਗਤ ਖੜੀ ਹੈ ਤੁਸੀਂ ਬੈਠਣ ਦੀ ਕਿਰਪਾਲਤਾ ਕਰੋ, ਬੈਠੋ ਆਪਣੀ ਆਪਣੀ ਜਗ੍ਹਾ 'ਤੇ, ਬੜੀ ਮਿਹਰਬਾਨੀ ਹੋਏਗੀ। ਜਿਹੜੇ ਦਾਤਾ ਜੀ ਨੂੰ ਪਿਆਰ ਕਰਦੇ ਨੇ ਉਹ ਤਾਂ ਜ਼ਰੂਰ ਬੈਠ ਜਾਣ, ਜਿਹੜੇ ਨਹੀਂ ਕਰਦੇ ਇਹ ਉਹਨਾਂ ਦੀ ਫਿਰ ਆਪਣੀ ਮਰਜ਼ੀ ਹੈ, ਲੱਗ ਜਾਏਗਾ ਹੁਣੇ ਹੀ ਪਤਾ। ਦੋ ਸੱਚ ਦਾ ਸਬੂਤ, ਬੈਠ ਜਾਓ, ਸ਼ਾਬਾਸ਼, ਦੋ ਹੱਥ ਜੋੜ ਕੇ ਮੇਰੀ ਬੇਨਤੀ ਹੈ ਆਪਣੀ ਆਪਣੀ ਜਗ੍ਹਾ 'ਤੇ ਬੈਠੋ। ਫਿਰ ਤੋਂ ਕਹਿ ਦੇ ਆਪਣੇ ਆਪਣੇ ਪਰਸ ਸੰਭਾਲ ਕੇ ਰੱਖੋ, ਮੋਟਰਸਾਈਕਲ ਸਟੈਂਡ 'ਤੇ ਜਮ੍ਹਾਂ ਕਰਵਾਓ, ਕੱਲ੍ਹ 5 ਬਾਈਕ ਜਿਹੜੇ ਚੋਰੀ ਹੋਏ ਸੋ ਕਿਸੇ ਦਾ ਨੁਕਸਾਨ ਨਾ ਹੋਏ। ਔਰ ਕਈ ਪਰਸ ਸਾਡੇ ਕੋਲ ਆ ਰਹੇ ਨੇ, ਬਾਅਦ ਵਿੱਚ ਤੁਹਾਡੀਆਂ ਜ਼ਰੂਰੀ ਉਹਦੇ 'ਚ ਡਾਕੂਮੈਂਟਸ ਹੁੰਦੇ ਨੇ, ਅਸੀਂ ਉਹਦੀ ਅਨਾਊਂਸਮੈਂਟ ਬਾਰ ਬਾਰ ਨਹੀਂ ਕਰਨੀ। ਮੈਂ ਕਾਫੀ ਟਾਈਮ ਤੋਂ ਇਹ ਬਾਰ ਬਾਰ ਕਹਿ ਦਿੱਤਾ, ਬਾਕੀ ਹੁਣ ਤੁਹਾਡੀ ਵੀ ਜ਼ਿੰਮੇਵਾਰੀ ਹੈ। ਸੋ ਆਓ ਸਰਕਾਰਾਂ ਦੀ ਹਜ਼ੂਰੀ ਦੇ ਵਿੱਚ ਚਾਚਾ ਬਿਸ਼ਨਾ ਜੀ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ, ਉਹਨਾਂ ਸਾਰਿਆਂ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਹੈਲੋ 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 ਹੈਲੋ। ਸੋ ਸਭ ਤੋਂ ਪਹਿਲਾਂ ਭਰ ਕੇ ਤਾੜੀ ਦਾ ਪਿਆਰ ਦੇ ਦਿਓ ਜੀ, ਦਰਬਾਰ 'ਤੇ ਹਾਜ਼ਰੀ ਲਵਾ ਲਓ ਔਰ ਸਾਡੀ ਵੀ ਹਾਜ਼ਰੀ, ਕਿਉਂਕਿ ਅਸੀਂ ਸ਼ੁਰੂਆਤ ਕੀਤੀ ਸੀ ਮੋਬਾਈਲ ਫੋਨਾਂ ਤੋਂ, ਅਤੇ ਜਦੋਂ ਸਮਾਂ ਸੀ ਯੂਟਿਊਬ ਦਾ 2002 ਦੇ ਵਿੱਚ ਪਹਿਲੀ ਸਾਡੀ ਸਕਿੱਟ ਆਈ ਸੀ ਅਫਸੋਸ ਵਾਲੀ, ਬੱਤਾ ਬੁੱਤਾ ਨਹੀਂ ਹੈਗਾ, ਅਤੇ ਸਾਨੂੰ ਕਹਿੰਦੇ ਕਿ ਟੀ ਵੀ 'ਤੇ ਕਿਉਂ ਨਹੀਂ ਆਉਂਦੇ। ਮੈਂ ਕਿਹਾ ਟੀ ਵੀ ਵਾਲੇ ਸਾਨੂੰ ਸਾਧਿਆ ਹੀ ਨਹੀਂ। ਹੁਣ ਅੱਜ ਦੇ ਜ਼ਮਾਨੇ 'ਚ ਲੋਕ ਕਹਿੰਦੇ ਮੋਬਾਈਲ 'ਤੇ ਕਿਉਂ ਨਹੀਂ ਆਉਂਦੇ, ਅਸੀਂ ਉਦੋਂ ਵੀ ਮੋਬਾਈਲ 'ਤੇ ਹਾਂ ਹੁਣ ਵੀ ਮੋਬਾਈਲ 'ਤੇ ਹਾਂ, ਕਿਉਂਕਿ ਜ਼ਮਾਨਾ ਮੋਬਾਈਲ ਦਾ, ਕਿਉਂਕਿ ਟੀ ਵੀ ਹਰ ਦੇ ਹੱਥ 'ਚ ਹੋ ਗਿਆ। ਕੋਟਲੈਸ ਮਾਈਕ, ਅਸੀਂ ਯੂਟਿਊਬ ਨਹੀਂ ਛੱਡਿਆ ਅਤੇ ਯੂਟਿਊਬ ਨੇ ਸਾਨੂੰ ਨਹੀਂ ਛੱਡਿਆ, ਅਤੇ ਦਾਤਾ ਦੀ ਸਰਕਾਰ ਨਾਲ ਸਾਨੂੰ ਅੱਜ 5 ਦਿਨ ਹੋ ਗਏ ਯੂਟਿਊਬ ਵੱਲੋਂ ਸਿਲਵਰ ਅਵਾਰਡ ਮਿਲਿਆ ਜਿਹੜਾ ਅਮੈਰੀਕਾ ਤੋਂ ਆਇਆ, ਇੱਕ ਵਾਰੀ ਤਾੜੀ ਮਾਰ ਦੇ ਜ਼ੋਰਦਾਰ ਦਾਤਾ ਜੀ ਵੱਲੋਂ ਮਿਲਿਆ, ਅਤੇ ਗੋਲਡਨ ਅਵਾਰਡ ਅਸੀਂ ਬਹੁਤ ਜਲਦ ਲੈਣਾ, ਉਸ ਤੋਂ ਬਾਅਦ ਡਾਇਮੰਡ, ਉਸ ਤੋਂ ਬਾਅਦ ਕੋਈ ਅਵਾਰਡ ਹੀ ਨਹੀਂ ਹੁੰਦਾ, ਕਿ ਇਹੀ 3 ਅਵਾਰਡ ਹੁੰਦੇ ਆ। ਹਾਂਜੀ, ਸਿਲਵਰ ਆ ਗਿਆ, ਗੋਲਡਨ ਰਹਿ ਗਿਆ ਅਤੇ ਡਾਇਮੰਡ ਵੀ। ਹੈਲੀ ਹੈਲੀ, ਬਹੁਤ ਵਧੀਆ, 5 ਮਿੰਟ ਦੇ ਲਓ, ਸੈੱਟ ਕਰੋ ਮਾਈਕ ਦੀ ਪੂਛ ਲੈ ਦੀ। ਹੈਲੀ ਹੈਲੀ, ਸਤਨਾਮ, ਹੈਲੀ ਹੈਲੀ, ਸੈੱਟ ਕਰ ਦੋ ਇੱਕੋ ਜੇ ਕਰ ਦੋ। ਹੈਲੀ ਹੈਲੀ, ਹੈਲੋ, ਸਾਡੇ ਹੈਲੀ ਲਖਵਿੰਦਰ ਵਡਾਲੀ ਜੀ, ਆਪ ਕਰ ਦੋ ਆਵਾਜ਼। ਹੈਲੀ 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 ਹੈਲੀ, ਓਕੇ, ਪਦਮ ਸ਼੍ਰੀ ਪੂਰਨ ਚੰਦ ਵਡਾਲੀ ਸਾਹਿਬ, ਉਹਨਾਂ ਦੇ ਲਖਤੇ ਜ਼ਿਕਰ, ਲਖਵਿੰਦਰ ਵਡਾਲੀ ਜੀ ਸਾਡੇ ਵੱਡੇ ਵੀਰ ਜੀ, ਜਨਾਬ ਬੂਟਾ ਮੁਹੰਮਦ ਜੀ ਸਾਡੇ ਵੱਡੇ ਭਾਅ ਜੀ, ਜੋ ਸੁਰਾਂ ਦੇ ਬਾਦਸ਼ਾਹ ਨੇ, ਜਿਨ੍ਹਾਂ ਦੇ ਘਰਾਣੇ ਵਿੱਚ ਗਾਇਕੀ ਹੈ, ਅਤੇ ਉਹਨਾਂ ਦੇ ਭਾਣਜਾ ਜੀ ਰਣਜੀਤ ਰਾਣਾ ਜੀ, ਹਾਂਜੀ, ਉਹ ਹਾਜ਼ਰੀ ਲਵਾ ਕੇ। ਸੋ ਦਾਤਾ ਜੀ ਦਾ ਹੁਕਮ ਹੋਇਆ, ਕਹਿੰਦੇ ਵੀ ਹੁਣ ਸਿੰਗਰ ਤੂੰ ਪੇਸ਼ ਕਰਨੇ ਆ। ਹੈਲੋ, ਪਹਿਲਾ ਸਿੰਗਰ ਮੈਨੂੰ ਪੇਸ਼ ਕਰਾਓ। ਹਾਂਜੀ 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 ਹਾਂਜੀ, ਇਹ ਮੇਰਾ ਵੀਰ ਜੀ ਮਾੜਾ ਦੱਸਿਓ ਇਹੋ ਜਿਹੇ ਸਿੰਗਰ ਹੁੰਦੇ ਇੱਥੇ। ਉਹ ਮੈਂ ਸਟੇਜ ਬਣ ਕੇ ਜਾਊਂਗਾ, ਕੋਈ ਲੋੜ ਨਹੀਂ, ਅਸੀਂ ਪੱਕੀ ਬਣਾਈ ਆ। ਵਡਾਲੀ ਸਾਹਿਬ, ਵਡਾਲੀ ਸਾਹਿਬ, 5 ਮਿੰਟ ਗਾਉਣਾ ਟਾਈਮ ਦੇ ਦਿਓ, 5 ਮਿੰਟ ਗਾਉਣਾ ਭਾਅ ਜੀ, ਘਰੇ ਖੰਡ ਮੁੱਕੀ ਆ, 5 ਮਿੰਟ ਗਾਉਣਾ ਵੇਖ ਲਓ, ਕਹਿ ਦਿਓ ਮਾੜਾ ਜਿਹਾ। ਓ ਟਾਈਮ ਦਿੱਤਾ ਵਡਾਲੀ ਸਾਹਿਬ ਨੇ, ਟਾਈਮ ਦਿੱਤਾ, ਟਾਈਮ ਦਿੱਤਾ ਵਡਾਲੀ ਸਾਹਿਬ ਨੇ, ਤੇ ਵਡਾਲੀ ਸਾਹਿਬ ਘੜੀਆਂ ਵੇਖ ਦੇ ਜਿਹਨਾਂ ਟਾਈਮ ਦਿੱਤਾ। ਵਡਾਲੀ ਸਾਹਿਬ ਮੇਰਾ ਟਾਈਮ ਹੈ, ਵੇਖੋ 5 ਮਿੰਟ ਗਾਉਣਾ, 5 ਇਹੋ ਜਿਹੇ ਸਿੰਗਰ ਸਾਨੂੰ ਨਹੀਂ ਚਾਹੀਦੇ, ਸਾਡੇ ਕੋਲ ਸੁਰੀਲੇ ਸਿੰਗਰ ਇੱਥੇ ਹੈਗੇ ਆ। ਘਰੇ ਦਾਲ ਮੁੱਕੀ, ਆਟਾ ਮੁੱਕਾ ਵਾ ਪਲੀਜ਼, ਹੈਂ, ਘਰੇ ਖੰਡ ਮੁੱਕੀ ਆ, ਆਹ ਲਿਆਓ ਫਿਰ, ਆ ਲਓ ਬਾਬਾ ਜੀ, ਮਿਹਰਬਾਨੀ। ਘਰੇ ਕੀ ਮੁੱਕਾ? ਖੰਡ ਮੁੱਕੀ, ਖੰਡ ਅੱਧਾ ਘੰਟਾ ਨਾ ਘਰੇ ਗਿਆ, ਸਾਰਿਆਂ ਮੁੱਕ ਜਾਣਾ ਸੀ। ਚੱਲ ਤੂੰ ਨਾ ਬੋਲ, ਨਾ ਬੋਲ, ਹਾਂਜੀ, ਨਾ ਬੋਲ, ਨਾ ਬੋਲ, ਚਲੋ ਠੀਕ ਹੈ, ਫਿਰ ਕੀ ਹੋਇਆ? ਉਹ ਸਾਲਿਆਂ ਦਾ ਨਾ ਬੋਲ, ਇਹ ਆਂਦਾ ਨਾ ਬੋਲ, ਮੈਂ ਚੁੱਪ ਕਰ ਗਿਆ, ਪਹਿਲਾਂ ਬੋਲੇਗਾ, ਮੈਨੂੰ ਪੇਸ਼ ਕਰਾਓ ਸਿੰਗਰ ਹੈ ਤੂੰ, ਹਾਂ, ਚਲੋ ਫਿਰ ਥੱਲੇ ਬੈਠੋ, ਥੱਲੇ ਬੈਠੋ, ਹਾਂ, ਚੱਲ ਨਾ ਬੋਲੇਗਾ, ਚੱਲ ਬੋਲਦਾ, ਬਹਿ ਜਾਓ, ਬਹਿ ਜਾਓ, ਤੂੰ ਵੀ ਬਹਿ,
ਮੈਡਮ ਉਹਦੇ ਲਾਗੇ ਬਹਿ ਬਹਿ ਹਾਂਜੀ ਲੱਗਾ ਜੇ ਬੋਲਣ ਬੋਲ ਨਾ ਇਹਨਾਂ ਬੋਲ ਬੋਲਣ ਲੱਗਾ ਬੋਲ ਜਾ ਕਿਤੇ ਤੂੰ ਕੌਣ ਹੈ ਤੂੰ ਹੈ ਕੌਣ ਹੈ ਤੂੰ ਭਾਈਆ ਤੁਹਾਡਾ ਭਾਈਆ ਕੀ ਹੁੰਦਾ ਤੁਹਾਡੀ ਭਾਣ ਦਾ ਪ੍ਰਾਹੁਣਾ ਸਾਡੇ ਮੁਲਕ 'ਚ ਸਾਡੇ ਮਾਲ ਵਿੱਚ ਬਜ਼ੁਰਗ ਨੂੰ ਭਾਈਆ ਕਹਿੰਦੇ ਆ ਜਿਹਦੇ ਨਾਲ ਭੈਣ ਕਹਿੰਦੇ ਉਹਨੂੰ ਕੀ ਕਹਿੰਦੇ ਹੋ ਉਹਨੂੰ ਜੀਜਾ ਫਿਰ ਕਹੋ ਵਧੀਆ ਵਧੀਆ ਹੈਲੋ ਉਹ ਚੱਲ ਪੇਸ਼ ਕਰਾ ਪੰਜ ਮਿੰਟ ਮਿਲੇ ਯਾਰ ਚਲੋ ਬੜਾ ਹੀ ਪਿਆਰਾ ਸਿੰਗਰ ਲੈ ਸਾਲਾ ਕਬੂਤਰ ਨੂੰ ਆਕੜ ਗਿਆ ਉਹ ਬਹਿ ਜਾ ਤੇਰਾ ਨਾਂ ਬੋਲਣ ਲੱਗਾ ਬੜਾ ਹੀ ਪਿਆਰਾ ਸਿੰਗਰ ਗੁਰਦਾਸ ਪਾਗੀਵਾਲ ਪੁਰ ਤੋਂ ਚੱਲ ਕੇ ਆ ਤੇਰੇ ਭੈਣੇ ਗੁਰਦਾਸ ਮਾਨ ਕਹਿਣ ਲੱਗਾ ਆਹੋ ਬਹਿ ਜਾ ਤੂੰ ਤੇ ਮਾਨਸਾ ਦੀ ਜੁੱਤੀ ਵਰਗਾ ਵੀ ਨਹੀਂ ਇੱਧਰ ਦੋ ਜੀ ਖੰਡ ਇੱਧਰ ਮੁੱਕੀ ਆ ਵਡਾਲੀ ਸਾਹਿਬ ਜੀ ਨੇ ਮੈਨੂੰ ਦਿੱਤੇ ਆ ਮਾਈ ਦੇ ਚਰਨਾਂ ਚ ਆਸ਼ੀਰਵਾਦ ਲੈ ਕੇ ਸਟੇਜ ਤੇ ਆਉਣ ਲੱਗਾ ਤੇਰੇ ਭੈਣੇ ਦੁਰਗਾ ਰੰਗੀਲਾ ਰਾਤੀ ਤੇਰਾ ਜਗਰਾਤਾ ਨੀ ਮੈਂ ਜਗਰਾਤਾ ਵੀ ਲਾਉਣਾ ਪੰਜ ਮਿੰਟ ਲੱਗੇ ਹੋਣੇ ਬੜਾ ਹੀ ਪਿਆਰਾ ਸਿੰਗਰ ਬੜਾ ਹੀ ਪਿਆਰਾ ਕਲਾਕਾਰ ਹੰਸ ਰਾਜ ਹੰਸ ਵਰਗੇ ਵਾਲ ਉਹ ਵੀਰ ਦੇ ਲੈ ਆਪਦੇ ਵਾਲ ਜਿਵੇਂ ਗੁੱਥਿਆਂ ਨੂੰ ਅੱਗ ਲਾਈ ਹੁੰਦੀ ਆ ਮੇਰੇ ਵਾਲਾਂ ਨੂੰ ਮਾੜਾ ਨੀ ਕਹਿਣਾ ਸਕਦਾ ਮੈਂ ਕੀ ਆ ਮੇਰੇ ਵਾਲਾਂ ਦੇ ਕੁੜੀਆਂ ਮਰਦੀਆਂ ਹੈ ਆ ਮਰਨਾ ਹੀ ਹੈ ਜਦੋਂ ਨਹਾਉਣਾ ਨੀ ਤੇ ਇਹੋ ਕੁਛ ਹੋਣਾ ਐਵੇਂ ਬਿਜੜੇ ਦਾ ਲੈਣਾ ਲਈ ਫਿਰਦਾ ਵਿੱਚ ਬੱਚੇ ਬੁੱਚੇ ਦਿੱਤੇ ਕਿ ਨਹੀਂ ਇਹ 'ਚ ਜੂਆਂ ਬੱਚੇ ਦਿੰਦੀਆਂ ਹੋਰ ਕੋਈ ਬੱਚੇ ਨਹੀਂ ਦਿੰਦਾ ਉਹ ਚੱਲ ਪੇਸ਼ ਕਰਾ ਮੈਨੂੰ ਯਾਰ ਹਾਂ ਬੜਾ ਹੀ ਪਿਆਰਾ ਸਿੰਗਰ ਨਾ ਕਰ ਸਾਡਾ ਕੱਟਾ ਇੱਦਾਂ ਹੀ ਮਰਿਆ ਸੀ ਬਾਬਾ ਜੀ ਵੱਲੋਂ ਆਸ਼ੀਰਵਾਦ ਲਈ ਦਾ ਹੁੰਦਾ ਧਿਆਨ ਰੱਖੀ ਦਾ ਹੁੰਦਾ ਹਾਂ ਬਾਬਾ ਜੀ ਸਿਲੰਡਰ ਵੀ ਮੁੱਕਾ ਅੱਛਾ ਹੋਰ ਕੁਛ ਵੀ ਮੁੱਕਾ ਕਿ ਨਹੀਂ 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 ਅਜੇ ਕੁਛ ਨਹੀਂ ਮੁੱਕਾ ਤੂੰ ਮੁੱਕਣਾ ਬਸ ਹੁਣ ਆ ਜਾ ਛੇਤੀ ਛੇਤੀ ਨਾ ਬੋਲ ਬੜਾ ਹੀ ਪਿਆਰਾ ਸਿੰਗਰ ਕੁਲਦੀਪ ਮਾਣਕ ਨਹੀਂ ਰਿਹਾ ਤੇ ਫਿਰ ਕੀ ਆਇਆ ਅੱਜ ਵੀ ਸਾਡੇ ਦਿਲਾਂ 'ਚ ਗੂੰਜਦਾ ਪਹਿਲਾਂ ਵੱਡਿਆਂ ਦਾ ਨਾਂ ਲੈਣਾ ਮੈਂ ਤਾਂ ਕਰਕੇ ਕਹਿਣ ਡਿਆ ਬੇਟਾ ਬੈਠੋ ਬੜਾ ਹੀ ਪਿਆਰਾ ਸਿੰਗਰ ਤੂੰ ਵੀ ਦੀ ਤਾਰ ਵਰਗਾ ਕਲਾਕਾਰ ਜਮਲਾ ਜੱਟ ਜੀ ਨਹੀਂ ਰਿਹਾ ਤੇ ਫਿਰ ਕੀ ਹੋਇਆ ਅੱਜ ਵੀ ਸੁਣਦੇ ਆ ਵੱਡਿਆਂ ਦਾ ਨਾਂ ਲੈਣ ਡਿਆ ਬਹਿ ਜਾ ਬੜਾ ਹੀ ਪਿਆਰਾ ਸਿੰਗਰ ਬਹੁਤ ਹੀ ਪਿਆਰਾ ਸੁਰੀਲਾ ਉੱਚੀ ਲੰਮੀ ਹੇਕ ਵਾਲਾ ਕਲਾਕਾਰ ਸੁਰਜੀਤ ਬਿੰਦ ਰੱਖੀਆ ਸਾਹਿਬ ਨਹੀਂ ਰਿਹਾ ਤੇ ਫਿਰ ਕੀ ਹੋਇਆ ਅੱਜ ਵੀ ਸਾਡੇ ਦਿਲਾਂ 'ਚ ਗੂੰਜਦਾ ਯਾਰ ਤੇਰਾ ਜੀਜਾ ਜੀਂਦਾ ਖੜਾ ਦਾ ਨਾਂ ਵੀ ਲੈ ਲਾ ਬੜਾ ਹੀ ਪਿਆਰਾ ਸਿੰਗਰ ਮੱਦੀ ਸਬਜ਼ੀ ਵਾਲਾ ਇਹ ਸਾਲਿਆ ਤੁਹਾਡੇ ਘਰ ਦਾ ਬੂਹਾ ਜੀ ਨੂੰ ਭੰਨਣ ਲੱਗ ਪਿਆ ਹੈਲੋ ਮੈਂ ਗਾਣਾ ਪੇਸ਼ ਕਰਨ ਲੱਗਾ ਆ ਵਾ ਸਿੰਗਰ ਤੂੰ ਕੌਣ ਆ ਇਹ ਕੌਣ ਆ ਇਹ ਵੀਰਾ ਸ਼ਰਾਬੀ ਕਰਦਾ ਖਰਾਬੀ ਹੈ ਤੈਨੂੰ ਮੈਂ ਕਿਹਾ ਚੱਲ ਮੇਰੇ ਨਾਲ ਤੈਨੂੰ ਵਿਖਾ ਲਿਆ ਮੇਲਾ ਮੇਰਾ ਚੇਲਾ ਚਲੋ ਜੀ ਗਾਓ ਲਓ ਜੀ ਨਹੀਂ ਕਹਿਣਾ ਜੁੱਤੀ ਆਈ ਲਓ ਜੀ ਹੁਣ ਤੂੰ ਸਬਜ਼ੀ ਨਹੀਂ ਵੇਚਦਾ ਜੀ ਕੱਦੂ ਲਓ ਜੀ ਨਹੀਂ ਕਹਿਣਾ ਹਾਂ ਸਿੰਗਰ ਆ ਮੇਰਾ ਸ਼ਬਦ ਲਓ ਤਾਂ ਸ਼ੁਰੂ ਹੁੰਦਾ ਤੇ ਮੇਰੀ ਜੁੱਤੀ ਇੱਥੇ ਸ਼ੁਰੂ ਹੁੰਦੀ ਨਾ ਲਓ ਜੀ ਕੁਛ ਨਹੀਂ ਕਹਿਣਾ ਸਿੱਧਾ ਕੇ ਗਾਣਾ ਆ ਗਿਆ ਮੈਂ ਗੀਤ ਪੇਸ਼ ਕਰਨ ਜਾ ਰਿਹਾ ਤੇ ਹੋਰ ਇੱਥੇ ਕੱਦੂ ਵੇਚਣਾ ਹੈ ਗੀਤ ਹੀ ਪੇਸ਼ ਕਰਨ ਲੱਗਾ ਗਾ ਮੇਰਾ ਗੀਤ ਦਲਜੀਤ ਨੇ ਚੋਰੀ ਕੀਤਾ ਹੈ ਓਏ ਦਲਜੀਤ ਐਡਾ ਵੱਡਾ ਕਲਾਕਾਰ ਕਿਹੜਾ ਗਾਣਾ ਤੇਰਾ ਚੋਰੀ ਕਰ ਲਿਆ ਹੋਇਆ ਪੰਗਾ ਗਾਣਾ ਦਲਜੀਤ ਦਾ ਸਾਰਿਆਂ ਨੂੰ ਪਤਾ ਭਾਜੀ ਪੰਗਾ ਗਾਣਾ ਦਲਜੀਤ ਦਾ ਨਾ ਜਿਹਦਾ ਮਾਨ ਸਾਹਿਬ ਲਿਖਦੇ ਤੇ ਗਾਉਂਦੇ ਮੈਂ ਓਏ ਤੂੰ ਤੇ ਮਾਨ ਸਾਹਿਬ ਦੀ ਜੁੱਤੀ ਵਰਗਾ ਨਹੀਂ ਕਿੱਥੇ ਮਾਨ ਸਾਹਿਬ ਕਿੱਥੇ ਤੂੰ ਲਿਖਿਆ ਮੈਂ ਸੀ ਲਿਖਿਆ ਤੂੰ ਹੀ ਹਾਂ ਆ ਕੌਣ ਆ ਇਹ ਮੇਰਾ ਸੈਕਟਰੀ ਹੈ ਮੈਨੂੰ ਲੈ ਕੇ ਆਇਆ ਅੱਛਾ ਤੁਸੀਂ ਇਹਨਾਂ ਨੂੰ ਬੌਂਡ ਕੀਤਾ ਇਹ ਮੈਂ ਇਹਨਾਂ ਕੋਲ ਬੌਂਡ ਹੈ ਅੱਛਾ ਤੁਸੀਂ ਸੈਕਟਰੀ ਹੋ ਲਿਖ ਕੇ ਵੀ ਦੇਣਾ ਅੱਛਾ ਚਲੋ ਠੀਕ ਇਹ ਲਿਖ ਕੇ ਵੀ ਦਿੰਦਾ ਜੀ ਤੂੰ ਸੈਕਟਰੀ ਇੱਧਰ ਆਓ ਤੁਹਾਡੇ ਨਾਲ ਹੀ ਗੱਲ ਆ ਪੱਕੀ ਗੱਲ ਹੈ ਤੂੰ ਬੌਂਡ ਕੀਤੇ ਲਓ ਜੀ ਸਾਈ ਜੀ ਇਹਨੇ ਬੌਂਡ ਕੀਤੇ ਤੇ ਆਪਾਂ ਤਿਆਰ ਹਾਂ ਚਲੋ ਗਾਓ ਮੇਰਾ ਗੀਤ ਪੰਗਾ ਗੀਤ ਗੀਤ ਗਾਉਣ ਜਾ ਰਹੇ ਹਾਂ ਗਾਓ ਅਸੀਂ ਰਹਿੰਦੇ ਹਾਂ ਕੁੱਤਿਆਂ ਤੋਂ ਡਰ ਕੇ ਆ ਕੀ ਸੀ ਕੋਰਸ ਇਹ ਕਿਹੜਾ ਕੋਰਸ ਇਹ ਕੁੱਤੀ ਕੋਰਸ ਆ ਇਹੋ ਜਿਹੇ ਸਿੰਗਰ ਨੇ ਇਹੋ ਜਿਹੇ ਕੋਰਸ ਵਾਲੇ ਹੋਣੇ ਆ ਚਲੋ ਗਾ 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 ਅਸੀਂ ਰਹਿੰਦੇ ਹਾਂ ਕੁੱਤਿਆਂ ਤੋਂ ਡਰ ਕੇ
ਜੇ ਪਰ ਰੱਖੀ ਦੀਆਂ ਰੋੜੀਆਂ ਨਾ ਭਰ ਕੇ ਮਗਰ ਭਰ ਕੇ ਬੋਲ ਮੈਂ ਵੀ ਬੋਲਾਂ ਹਾਂ ਭਰ ਕੇ ਇੱਕ ਹੋਰੀ ਕਹਿਣਾ ਤੋੜਾ ਵੱਡਾ ਭਰਨਾ ਨਹੀਂ ਜੇਬਾਂ 'ਚ ਪਾਉਣੇ ਆ ਰੋੜੇ ਜੇਬਾਂ 'ਚ ਪਾਉਣੇ ਆ ਅਸੀਂ ਰਹਿੰਦੇ ਹਾਂ ਨਹੀਂ ਕੁੱਤਿਆਂ ਤੋਂ ਡਰ ਕੇ ਹਾਂ ਜੇ ਮੈਂ ਰੱਖੀ ਦੀਆਂ ਰੋੜੀਆਂ ਨਾ ਭਰ ਕੇ ਇੱਕ ਹੋਰੀ ਕਹਿਣਾ ਤਾਂ ਮੇਰੇ ਜੇਬਾਂ 'ਚ ਆ ਰਿਹਾ ਇੱਧਰ ਜੇਬ 'ਚ ਪਾਉਣੇ ਆ ਅੱਛਾ ਖੱਬੀ ਛੱਜੀ ਜੇਬ 'ਚ ਖੱਬੀ ਖੱਬੀ ਅਸੀਂ ਰਹਿੰਦੇ ਹਾਂ ਨਹੀਂ ਕੁੱਤਿਆਂ ਤੋਂ ਡਰ ਕੇ ਖੱਬੀ 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 ਅਸੀਂ ਰਹਿੰਦੇ ਹਾਂ ਨਹੀਂ ਕੁੱਤਿਆਂ ਤੋਂ ਖੱਬੀ ਖੱਬੀ ਚੱਲ ਮੈਂ ਪਕੜੂਗਾ ਇੱਕ ਮੈਂ ਕੋਰਸ ਦੇਵਾਂ ਉੱਤੇ ਤੂੰ ਡਿੰਗੇ ਮੇਰਾ ਐਣੀਗੇ ਮੇਰਾ ਐਣੀਗੇ ਮੇਰਾ ਇੱਧਰ ਇੱਧਰ ਇਹ ਮੇਰਾ ਬਾਡੀਗਾਰਡ ਵੀ ਆ ਮਾਈ ਬਾਉਂਸਰ ਕੀ ਹੈ ਤੇਰਾ ਮੇਰਾ ਬਾਡੀਗਾਰਡ ਇੱਕ ਦਿਨ ਦਹਾਂ ਦੇ ਗੁੱਡੇ ਨੂੰ ਚੱਪ ਖਾ ਕੇ ਡੇ ਪਿਆ ਗਲਤੀ ਹੋ ਗਈ ਭਾਅ ਜੀ ਹੈਲੋ ਇੰਨਾ ਵੀ ਨਹੀਂ ਡਰਦਾ ਮੈਂ ਆਹੋ ਗਾਣਾ ਸੁਣਾਓ ਅਗਲਾ ਗੀਤ ਹਾਂ ਗੀਤ ਬਹੁਤ ਵਧੀਆ ਹੈ ਕਿਹੜਾ ਇੱਕ ਮੁੰਡਾ ਅੱਛਾ ਬਾਅਦ 'ਚ ਬੈਠਾ ਹੁੰਦਾ ਕੁੜੀ ਉਹਨੂੰ ਵੇਖ ਕੇ ਕੀ ਕਹਿੰਦੀ ਹੈ ਕੀ ਕਹਿੰਦੀ ਦੱਸਦਾ ਇੱਕ ਮੁੰਡਾ ਬਾਅਦ 'ਚ ਬੈਠਾ ਹੁੰਦਾ ਕੁੜੀ ਨੂੰ ਵੇਖ ਕੇ ਕੀ ਕਹਿੰਦੀ ਹੈ ਕੀ ਆਂਦਾ ਆਂਦਾ ਕੀ ਕੁੜੀ ਕਹਿੰਦੀ ਹੈ ਅੱਛਾ ਅੱਛਾ ਕਹਿ ਕਹਿ ਕੁੜੀ ਕਹਿੰਦੀ ਹੈ ਸੋਹਣਾ ਤੇ ਸੁਨੱਖਾ ਮੁੰਡਾ ਬੱਸ ਵਿੱਚ ਚੜਿਆ ਉਹ ਵੇਖਣ ਨੂੰ ਲੱਗਦਾ ਸੀ ਲਿਖਿਆ ਤੇ ਪੜਿਆ ਉਹ ਮੱਲੋ ਮੱਲੀ ਨੇ ਇਹਨਾਂ ਨੂੰ ਮਿਲਾਉਣ ਲੱਗਿਆ ਨੀ ਦਿਲ ਭੁੱਬਾ ਮਾਰੀ ਰੋਇਆ ਜਦੋਂ ਕੱਢ ਕੇ ਉਹ ਘੂਲੇ ਪਲਾਉਣ ਲੱਗਿਆ ਨੀ ਸਾਲਾ ਕੂਲ ਲਿਪਦਾ ਅਸੀਂ ਨਸ਼ਿਆਂ ਦੇ ਖਿਲਾਫ ਹੈ ਤੇ ਤੂੰ ਮਾਰੇ ਲਾਈ ਮੈਂ ਨਸ਼ਿਆਂ ਦੇ ਗਾਣਾ ਗਾਉਣ ਲੱਗਿਆ ਨਸ਼ਿਆਂ ਦੇ ਗਾਣਾ ਕਿਹੜਾ ਆ ਦੇਖ ਮੇਰੀ ਬਰਤੀ ਬੜੀ ਵਧੀਆ ਨਸ਼ਿਆਂ ਦੇ ਮੈਂ ਗਾਣਾ ਗਾਉਂਦਾ ਓਏ ਹੋਏ ਨਾ ਕਰ ਸਾਲ ਬਾਤ ਹੋਈ ਦੀ ਹੈ ਚੱਲ ਨਸ਼ਿਆਂ ਦੇ ਗੱਲ ਬੱਚਿਆਂ ਦੇ ਬੱਚੀ ਕਿਤੇ ਬੱਚੀ ਕਿਤੇ ਬੱਚੇ ਬੱਚਿਆਂ ਨੂੰ ਸ਼ਿਕਸ਼ਿਆ ਦੇਣ ਲੱਗਾ ਬੱਚਿਆਂ ਬਾਰੇ ਨਸ਼ਿਆਂ ਬਾਰੇ ਬੱਚਿਆਂ ਨੂੰ ਦੱਸਿਓ ਇਹ ਲਿਖਿਆ ਕਿੰਨੇ ਆ ਇਹ ਭਾਜੀ ਇਹਨਾਂ ਨੇ ਇਹ ਤੈਨੂੰ ਬੁੱਕ ਕਿਹਨੇ ਕੀਤਾ ਇਹਨਾਂ ਨੇ ਆਓ ਜੀ ਪਲੀਜ਼ 35 ਹੈ ਵੀਰ ਜੀ ਇੱਧਰ ਬਣੇ ਵੀਰ ਇੱਕ ਬੇਨਤੀ ਹੈ ਔਰ ਖੜੇ ਵੀਰ ਹੈ ਪਲੀਜ਼ ਸ਼ਾਂਤੀ ਨਾਲ ਬਹੁਤ ਵੀਰ ਜੀ ਸ਼ਾਂਤੀ ਨਾਲ ਘਬਾਉਣ ਡਿਆ ਸ਼ਾਂਤੀ ਨਾਲ ਘਬਾਉਣ ਡਿਆ ਕੋਈ ਨਾ ਬੈਠੇ ਸ਼ਾਂਤੀ ਮੇਰੀ ਘਰ ਵਾਲੀ ਦਾ ਨਾਮ ਆ ਸ਼ਾਂਤੀ ਨਾਲ ਘਬਾਉਣ ਡਿਆ ਕਿਹੜਾ ਬੜਾ ਸ਼ਾਂਤੀ ਨਾਲ ਆਹੋ ਕਿਹੜਾ ਬੜਾ ਸ਼ਾਂਤੀ ਨਾਲ ਹੈ ਉਹਦੇ ਨਾਲ ਮੇਰੀ ਗੱਲ ਬਹੁਤ ਚੱਲਦੀ ਆ ਘਰ ਵਾਲੀ ਹੈ ਮੇਰੀ ਚੱਲ ਗਾਣਾ ਬੋਲ ਤੈਨੂੰ ਲੈ ਕੇ ਕੌਣ ਆਇਆ ਆ ਰੱਖੀ ਬੌਂਡ ਕੀਤਾ ਇਹਨੇ ਬੌਂਡ ਕੀਤਾ ਹੈ ਨਾ ਆਹ ਬੌਂਡ ਕੀਤਾ ਹੀ ਆਹ ਤੇਰੇ ਨਾਲ ਆਹ ਸਿੰਗਰ ਐਗਰੀਮੈਂਟ ਕੀਤਾ ਐਗਰੀਮੈਂਟ ਤੇਰਾ ਐਗਰੀਮੈਂਟ ਵਰਕਾ ਪਾੜਨਾ ਮੈਂ ਕਿੱਥੇ ਵਰਕਾ ਵਿਸਕਦੀ ਗੋਲੀ ਲਓ ਖਿੱਚ ਖਿੱਚ ਦੂਰ ਕਰੋ ਇਹ ਕੀ ਮਸ਼ਹੂਰੀ ਆਪਾਂ ਮਸ਼ਹੂਰੀ ਆ ਤੇ ਲੱਗੇ ਆ ਪਿੱਛੇ ਉਹ ਟਾਈਮ ਹੋਣ ਡਿਆ ਬੂਟੇ ਪਾਈ ਦਾ ਅੱਛਾ ਅਗਲਾ ਗਾਣਾ ਬੱਚਿਆਂ ਨੂੰ ਸੀ ਦੇਣ ਲੱਗਾ ਸੀ ਨਸ਼ਿਆਂ ਬਾਰੇ ਨਸ਼ਿਆਂ ਬਾਰੇ ਬੱਚਿਓ ਤੁਹਾਨੂੰ ਦੱਸਣ ਲੱਗਾ ਨਸ਼ਾ ਮਾੜਾ ਹੁੰਦਾ ਲਿਫਾਫਾ ਲਿਆਂਦਾ ਲਿਫਾਫਾ ਕਾਲੀ ਉਹ ਜੇ ਪ੍ਰੋਗਰਾਮ ਲੱਗਾ ਨਾ ਲੱਗਾ ਦਾਲ ਤੇ ਖੜਾਂਗੇ ਲੰਗਰ ਦੀ ਦਾਲ ਦੂ ਲੈ ਜਾਂਦੀ ਘਰੇ ਚਲੋ ਤੁਹਾਨੂੰ ਦਾਲ ਹੀ ਮਿਲਣੀ ਹੈ ਮੈਨੂੰ ਲੱਗ ਗਿਆ ਪਤਾ ਦਾਲ ਵਾਲਾ ਮੂੰਹ ਤੁਹਾਡਾ ਬੱਚਿਆਂ ਨੂੰ ਸਿੱਖਿਆ ਦੇਣ ਲੱਗਾ ਬੱਚਿਆਂ ਨੂੰ ਸਿੱਖਿਆ ਬੱਚਿਆਂ ਨੂੰ ਦੱਸਿਓ ਬੱਚਿਆਂ ਨੂੰ ਦੱਸਿਓ ਸ਼ਰਾਬ ਕਿਹਨੂੰ ਕਹਿੰਦੇ ਨੇ ਮਾੜੀ ਚੀਜ਼ ਕਿਵੇਂ ਖਾਣੀ ਭੁੱਕੀ ਕਿਵੇਂ ਲਾਉਣਾ ਸੀ ਜਰਦਾ ਪੱਤਾ ਛਾਪ ਕਿਹਨੂੰ ਕਹਿੰਦੇ ਨੇ ਇਹਨੇ ਲਿਖਿਆ ਹਾਂ ਆ ਲਿਖਿਆ ਆ ਲਿਖਿਆ ਕੋਈ ਪ੍ਰੋਗਰਾਮ ਹੋਇਆ ਦੱਸਿਓ ਇਹਨਾਂ ਨੂੰ ਜਗ੍ਹਾ ਚਾਹੀਦੀ ਇਹਨਾਂ ਨੂੰ ਅੱਛਾ ਅੱਛਾ ਇਹਨਾਂ ਦਾ ਪ੍ਰੋਗਰਾਮ ਲਵਾਉਣਾ ਭਾਅ ਜੀ ਇਹਨਾਂ ਦਾ ਪ੍ਰੋਗਰਾਮ ਲਵਾਉਣਾ ਕਿਤੇ ਨਹੀਂ ਮੈਂ ਲਵਾਉਣਾ ਹੀ ਬਸ ਮੈਨੂੰ ਜਗ੍ਹਾ ਜ਼ਿਆਦਾ ਨਹੀਂ ਚਾਹੀਦੀ ਐਡੀ ਵੱਡੀ ਸਟੇਜ ਨਹੀਂ ਚਾਹੀਦੀ ਮੈਨੂੰ ਬਸ ਇੱਕ ਮਿੰਟ ਦੋਵੇਂ ਜਾਣੇ ਖਲੋ ਹੋਏ ਇਹ 5 ਫੁੱਟ 2.5 ਇੰਚ ਜਗ੍ਹਾ ਚਾਹੀਦੀ ਆ ਇੱਕ ਕਹੀ ਤੇ ਇੱਕ ਬਾਲਟਾ ਦੱਬਣੇ ਆ ਠੀਕ ਹੈ ਹੋ ਗਿਆ ਪ੍ਰੋਗਰਾਮ ਤੁਹਾਡਾ ਬੁੱਕ ਪੁੱਤ ਸਦਾ ਲਈ ਹੋ ਗਿਆ ਭਾਅ ਜੀ ਮੈਨੂੰ ਆਮਦ ਹੁੰਦੀ ਗਾਣਿਆਂ ਦੀ ਆਮਦ ਆਮਦ ਹਾਂ ਤੇਰੀ ਬਰਾਦਰੀ ਕਿਹੜੀ ਆ ਬਰਾਦਰੀ ਸਾਡੀ ਕੋਈ ਨਹੀਂ ਸਭ ਦੀ ਮਾਨਸ ਦੀ ਜਾਤ ਏਕ ਹੈ ਤਾੜੀ ਮਾਰਦੇ ਜ਼ੋਰਦਾਰ ਨਹੀਂ ਫਿਰ ਵੀ ਕੋਈ ਜਾਤ ਹੁੰਦੀ ਬੰਦੇ ਦੀ ਮੇਰੀ ਜਾਤ ਹੈਗੀ ਆ ਕਿਹੜੀ ਅਸੀਂ ਨਾ ਅਸੀਂ ਘੁਮਿਆਰ ਹੁੰਦੇ ਹਾਂ ਅੱਛਾ ਘੁਮਿਆਰ ਹੋ ਤੁਸੀਂ ਘੁਮਿਆਰ ਲੈ ਫਿਰ ਆਮਦ ਹੋਣ ਲੱਗੀ ਮਹਿੰਗੀਆਂ ਗੱਡੀਆਂ ਉੱਤੇ ਯਾਰੋ ਡਲ ਗਏ ਆ ਸਹੀ ਗੱਲ ਕਹੀ ਹੁਣ ਨਾ ਕੋੜਾ ਵੇਖਿਆ ਮੈਂ ਸ਼ਿੰਗਾਰ ਬਿਨਾ ਖੋਤਾ ਰੋਂਦਾ ਵੇਖਿਆ ਮੈਂ ਘੁਮਿਆਰ ਬਿਨਾ
ਇਹੋ ਜੀ ਆਮਦ ਮੈਨੂੰ ਵੀ ਏਦਾਂ ਹੀ ਹੋਈ ਸੀ। ਚੱਲ ਬੋਲ। ਇੱਕ ਮੇਰਾ ਗਾਣਾ ਬੜਾ ਵਧੀਆ ਮਸ਼ਹੂਰ ਹੈ। ਅੱਛਾ ਕਿੰਨਾ ਗਾਣਾ ਬੋਲ। ਗਾਣਾ ਬਹੁਤ ਵਧੀਆ। ਆਹ ਇੱਕ ਹੋਰ ਲਿਖਿਆ ਮੈਂ ਨਵਾਂ ਗਾਣਾ। ਨਹੀਂ ਉਹ ਬੋਲ ਜਿਹੜਾ ਤੈਨੂੰ ਲਿਖਿਆ। ਉਹ ਗਾਣਾ ਬਹੁਤ ਵਧੀਆ ਹੈ। ਹਾਂ ਹਾਂ ਹੁਣੇ ਉਹ ਕਲਾਕਾਰ ਮੇਰਾ ਗਾਣਾ ਗਾ ਕੇ ਗਿਆ ਹੈ। ਇੱਕ ਮਿੰਟ, ਵਡਾਲੀ ਸਾਹਿਬ ਆ ਬੈਠੇ ਨੇ। ਹਾਂ ਉਹ ਸਾਡੀਆਂ ਮੈਡਮਾਂ ਨੇ ਬਹੁਤ ਸੋਹਣਾ ਗਾਣਾ, ਭੈਣ ਜੀ ਹੋਣਾ ਨੇ ਗਾਣਾ ਬੋਲਿਆ, ਬਹੁਤ ਸੋਹਣਾ ਗਾਇਆ ਉਹਨਾਂ ਨੇ। ਕਿਹੜਾ ਸਿੰਗਰ ਜਿਹੜਾ ਹੁਣੇ ਗਾ ਕੇ ਗਿਆ ਇੱਥੋਂ ਪਹਿਲਾਂ? ਰਣਜੀਤ ਰਾਣਾ। ਹਾਂ ਕਿਹੜਾ ਗਾਣਾ? ਤੁਖਦੀ ਅੱਗ। ਉਹ ਗਾਣਾ ਰਣਜੀਤ ਰਾਣਾ ਭਾਈ ਦਾ ਗਾਣਾ, ਤੁਖਦੀ ਅੱਗ ਤੇ ਤੇਲ। ਮੈਂ ਹੋਰ ਲਿਖਿਆ ਸੀ। ਕਿਹੜਾ? ਤਰਜੋ ਹੋਈ ਸੀ। ਚੱਲ ਗਾ ਫਿਰ, ਕਿਹੜੀ ਤਰਜ ਆ? ਭੁੱਖੂ ਕਰਦੀ ਭੁੱਖ ਵਰਤਾਇਆ ਨਾ ਕਰਨੀ, ਹੱਥ ਜੋੜ ਕੇ ਕਹਿੰਨੇ ਬਰਗਰ ਖਾਇਆ ਨਾ ਕਰਨੀ। ਆਪਣਾ ਲਿਖਿਆ ਬੋਲ ਕੋਈ। ਆਪਣਾ ਲਿਖਿਆ? ਹਾਂ ਜੀਜੇ ਸਾਲੀ ਵਾਲਾ। ਹਾਂ ਜੀਜੇ ਸਾਲੀ ਵਾਲਾ, ਜੀਜੇ ਸਾਲੀ ਵਾਲਾ। ਕਿਆ? ਮੇਰੀ ਵੀ ਸਾਲੀ ਹੈਗੀ। ਤਮੰਨਾ ਤੋਰ ਤੇ ਬੁਰੜੀ ਹੋ ਗਈ ਹੈ, ਸੇਵਾ ਕਰ ਲਾਂਗੇ। ਅਗਲਾ ਗਾਣਾ, ਜੀਜਾ ਆਪਣੀ ਸਾਲੀ ਨੂੰ ਕਹਿੰਦਾ ਹੈ ਤੇ ਸਾਲੀ ਆਪਣੇ ਜੀਜੇ ਨੂੰ ਕੀ ਕਹਿੰਦੀ ਉਸ ਵੇਲੇ ਦੀ ਗੱਲਬਾਤ। ਚਲੋ ਆ ਜਾਓ, ਦੱਸਿਓ ਜੀ। ਹਾਂਜੀ ਜੀਜਾ ਸਾਲੀ ਕਹਿੰਦੀ ਜੀਜੇ ਨੂੰ, ਹਾਂ ਵਿਆਹ ਮੇਰੇ ਦੀ ਇਹ ਗੱਲ ਜੀਜਾ ਤੇਰੇ ਉੱਤੇ ਸੁੱਟੀ, ਸੋਚਦੀ ਰਹੀ ਵੀ ਸਾਰੀ ਰਾਤ ਨਾ ਮੈਂ ਸੁੱਤੀ ਇਸ ਗੱਲ ਦੀ, ਮੈਂ ਕਰਾਂ ਐ ਵਿਚਾਰ ਜੀਜੇ ਆ, ਕਿੱਥੋਂ ਦਾ ਇਹ ਮੁੰਡਾ ਜਿਹਦੀ ਪਾਉਣਾ, ਤੂੰ ਦੱਸ ਮੁੰਡਾ ਕਰਦਾ ਕੀ ਹੋਏ ਕੰਮ ਕਾਰ ਜੀਜੇ ਆ। ਹੁਣ ਜੀਜਾ ਕੀ ਕਹਿੰਦਾ ਹੈ? ਕਹਿੰਦਾ ਘਰ ਬਾਰ ਸੁਣਾ ਤੇ ਮੁੰਡਾ ਬੜਾ ਸਾਊ ਨੀ, ਕਰਾਂ ਕਿਸ ਫਿੱਤ ਮੁੰਡਾ ਬੜਾ ਹੀ ਕਮਾਊ ਨੀ, ਉਹ ਤੈਨੂੰ ਸੌ ਦੀ ਮੈਂ ਕਿਹਾ ਸੁਣਾਈ, ਕੜਾਈ ਵਿੱਚ ਬੂੰਦੀ ਚਾੜਦਾ ਨੀ ਮੁੰਡਾ, ਸਾਲੀਆ ਨੀ ਸਿਰੇ ਦਾ ਹਲਵਾਈ। ਅਸੀਂ ਹਲਵਾਈ ਨੂੰ ਕੀ ਕਰਨਾ, ਤੂੰ ਗਾਣਾ ਬੋਲ। ਪਾਟੀਆਂ ਜਰਾਬਾਂ ਤੇਰੇ ਪੈਰਾਂ ਵਿੱਚ ਤੰਜਲਾਂ, ਤੁਰੀ ਫਿਰਦੀਆਂ ਨੀ ਤੂੰ ਡੰਗਰਾਂ ਦੇ ਵਾਂਗਰਾਂ, ਵਾਲ ਖਿਲਾਰੇ ਜਿਵੇਂ ਖਿਲਰੀ ਪਰਾਲੀ ਆ, ਗੁੱਸਾ ਨਾ ਕਰੀ ਨੀ ਤੈਨੂੰ ਗਿੱਲੀ ਪਾਥੀ ਮਾਰੀ ਆ। ਬਾਬਾ ਜੀ ਹੁਣ ਮੈਨੂੰ ਡਬਲ ਸਿਮ ਚਲਾਉਣੀ ਪੈਣੀ। ਨਹੀਂ ਨਹੀਂ ਤੂੰ ਥੋੜ੍ਹਾ ਪਿੱਛੇ ਹੋ ਜਿਸ ਤਰ੍ਹਾਂ, ਆ ਡਬਲ ਸਿਮ ਚੱਲਣ ਦੀ ਓਪੋ ਦਾ, ਤੂੰ ਬਾਉਂਡ ਕੀਤੇ ਇਹਨਾਂ ਨੂੰ, ਲਿਖਿਆ ਕਿ ਨਹੀਂ? ਅਗਲਾ ਗਾਣਾ ਨਹੀਂ ਲਿਖਿਆ। ਅਗਲਾ ਗਾਣਾ ਮੈਂ ਐਸਾ ਥਾਂ ਮੈਂ ਗਾਇਆ। ਤੂੰ ਆਂਦਾ ਇਹਨੇ ਲਿਖਿਆ, ਉਹ ਤੇ ਤੇਰੇ ਨਾਲ ਤੇ ਰੱਬ ਨੇ ਧੱਕਾ ਕੀਤਾ, ਮੈਂ ਕੀ ਕਰਨਾ ਐਵੇਂ ਮੇਰੇ ਨਾਲ। ਅੱਜ ਉਹ ਹਿਸਾਬ ਆ ਵੀ ਬੰਦਾ ਬਲੱਡ ਦੇਣ ਗਿਆ, ਉਹ ਆਂਦੇ ਜਾ ਭਰਾਵਾ ਤੈਨੂੰ ਤੇ ਪੱਲਿਓ ਚੜਾਉਣੀਆਂ ਪੈਣੀਆਂ ਦੋ ਬੋਤਲਾਂ, ਉਹ ਜਾ ਪਿੱਛੇ ਮੈਂ ਤਰਸ ਖਾ ਲਿਆ, ਮੇਰੀ ਜੁੱਤੀ ਨੇ ਵੀ ਖਾ ਲਿਆ। ਜਾਓ ਉਹ ਗੱਲ ਸੁਣੋ, ਇਧਰਾ ਉਹ ਕੁਝ ਖਾਇਆ ਕਰ, ਕੁਝ ਖਾਇਆ ਕਰ। ਖਾਂਦਾ ਵਾ ਪਿਓ ਪੁੱਤ 50,000 ਦੀ ਕਮੇਟੀ ਖਾ ਗਏ, ਉਦੋਂ ਦੇ ਪ੍ਰੋਗਰਾਮ ਲਾ ਕੇ ਪੈਸੇ ਪੂਰੇ ਕਰਨ ਡਿਆ। ਮੇਰੀਆਂ 2 ਕੈਸਟਾਂ ਨਿਕਲੀਆਂ। ਕਿਹੜੀ ਕੰਪਨੀ 'ਚ? ਕੱਲ ਡੈਕ 'ਚ ਫਸ ਗਈਆਂ ਸੀ ਤਿੱਲੇ ਮਲ ਗੱਡੀਆਂ। ਆਪਣਾ ਗਾਣਾ ਹੈਗਾ ਤੇਰਾ ਕੋਈ? ਆਪਣਾ ਗਾਣਾ ਮੈਂ ਇਸ ਹੱਥ ਨਾਲ ਲਿਖਿਆ। ਹੁਣ ਮੈਨੂੰ ਖੁਰਕ ਪੈ ਜਾਣੀ ਹੈ। ਇਹਨੇ ਵੀ ਨਾਲ ਲਿਖਾਇਆ ਮੇਰੀ। ਚਲੋ ਭੰਗੜਾ ਪਾਉਣਾ, ਭੰਗੜਾ ਮੈਂ ਭੰਗੜਾ ਪਾਊਂਗਾ। ਹੈ ਭੰਗੜਾ ਪਾਉਣਾ, ਠੀਕ ਹੈ? ਗਾਣਾ ਵਧੀਆ, ਹਾਂ ਵਧੀਆ ਗਾਣਾ। ਹਾਂ ਮਿੱਤਰਾਂ ਨੇ ਸੱਜਣਾ ਨੇ, ਮਿੱਤਰਾਂ ਨੇ ਅੱਜ ਤੇਰੇ ਨਾਲ ਨੱਚਣਾ ਨੀ ਮੇਰੇ ਜੀਜੇ ਦੀ ਸਾਲੀਏ, ਹੱਥਾਂ ਵਿੱਚ ਹੱਥ ਪਾ ਕੇ ਅਸੀਂ ਨੱਚਣਾ ਨੀ ਮੇਰੇ ਜੀਜੇ ਦੀ ਸਾਲੀਏ, ਮਿੱਤਰਾਂ ਨੇ ਉਹ ਸੱਜਣਾ ਨੇ, ਉਹ ਮਿੱਤਰਾਂ ਨੇ ਸੱਜਣਾ ਨੇ। ਇਹਦਾ ਸੋਚ ਕਿੱਥੇ ਆ? ਤੇਰੇ ਹੱਥ 'ਚ ਆ। ਬੰਦ ਕਰ, ਇੱਧਰ ਹੋ ਗਿਆ ਲਾਲਾ। ਤੇਰਾ ਜੀਜਾ, ਹਾਂ ਉਹਦੀ ਸਾਲੀ, ਹਾਂ ਤੇਰੀ ਕੀ ਲੱਗੀ ਓਏ? ਮੇਰਾ ਜੀਜਾ, ਹਾਂ ਉਹਦੀ ਸਾਲੀ, ਹਾਂ ਮੇਰੀ ਸਾਲਿਆ ਭੈਣ ਲਈ ਆਵਾ ਤਵਾ ਬੋਲੀ ਜਾਂਦਾ। ਇੰਨੇ ਲਿਖਿਆ ਆ ਲਓ, ਥੈਂਕ ਯੂ ਜੀ, ਜ਼ੋਰਦਾਰ ਤਾੜੀਆਂ। ਸਾਨੂੰ ਇਹੋ ਜਿਹੇ ਕਲਾਕਾਰ ਨਹੀਂ ਚਾਹੀਦੇ, ਸਾਨੂੰ ਚਾਹੀਦੇ ਨੇ ਲਖਵਿੰਦਰ ਵਡਾਲੀ ਵਰਗੇ, ਸਾਨੂੰ ਚਾਹੀਦੇ ਨੇ ਰਣਜੀਤ ਰਾਣਾ ਵਰਗੇ, ਸਾਨੂੰ ਚਾਹੀਦੇ ਨੇ ਬੂਟਾ ਮੁਹੰਮਦ ਜੀ ਵਰਗੇ, ਐਸੇ ਐਸੇ ਫਨਕਾਰ ਜਿੱਥੇ ਅੱਜ ਇੱਥੇ ਜਿੰਨੇ ਵੀ ਬੈਠੇ ਨੇ, ਸਾਨੂੰ ਆਹ ਸਿੰਗਰ ਚਾਹੀਦੇ ਨੇ, ਸਾਨੂੰ ਆਹ ਨਹੀਂ ਚਾਹੀਦੇ। ਸੁਰ ਨਾਲ ਪਿਆਰ ਕਰੋ, ਸੰਗੀਤ ਨਾਲ ਪਿਆਰ ਕਰੋ। ਸੋ ਜੈ ਸਾਈਆਂ ਦੀ, ਜੈ ਮਸਤਾਂ ਦੀ, ਇੰਨੀ ਕੁ ਹਾਜ਼ਰੀ ਕਬੂਲ ਕਰੋ। ਆਓ ਬੈਲ।